ਅੰਮ੍ਰਿਤਸਰ ਪੁਲਿਸ ਵੱਲੋਂ ਪ੍ਰੋਡਕਸ਼ਨ ਬ੍ਰਾਂਡ ਦੇ ਉੱਪਰ ਬਾਹਰ ਲਿਆਂਦੇ ਇੱਕ ਗੈਂਗਸਟਰ ਨੇ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਨੇ। ਉਸਨੇ ਦੱਸਿਆ ਕਿ ਉਸਦਾ ਦੋਸਤ ਕਰਨ ਮਸਤੀ ਜੋ ਸੋਨੇ ਦੀ ਲੁੱਟ ਤੋਂ ਬਾਅਦ ਅੰਮ੍ਰਿਤਸਰ ਦੇ ਸੁੰਦਰ ਨਗਰ ਦੇ ਵਿੱਚ ਰਹਿਣ ਲੱਗ ਪਿਆ ਸੀ ਅਤੇ ਕੁਝ ਟਾਈਮ ਸੁੰਦਰ ਨਗਰ ਰਹਿਣ ਤੋਂ ਬਾਅਦ ਦਿੱਲੀ ਚਲਿਆ ਗਿਆ। ਦਿੱਲੀ ਦੇ ਵਿੱਚ ਕਰਨ ਮਸਤੀ ਕਿਸੇ ਦੇ ਨਾਲ ਫੋਨ ਦੇ ਉੱਪਰ ਗੱਲ ਕਰ ਰਿਹਾ ਸੀ, ਜਿਸ ਦੌਰਾਨ ਉਸਨੇ ਕਿਹਾ ਕਿ ਇਸਨੇ ਮੈਨੂੰ ਮਾਰ ਦੇਣਾ ਅਤੇ ਅੰਗਰੇਜ਼ ਸਿੰਘ ਨੇ ਸਾਰੀ ਗੱਲ ਜੱਗੂ ਭਗਵਾਨਪੁਰੀ ਇਹਨੂੰ ਦੱਸ ਦਿੱਤੀ। ਉਸਨੇ ਕਿਹਾ ਕਿ ਇਸ ਤੋਂ ਪਹਿਲਾਂ ਤੂੰ ਇਸ ਨੂੰ ਮਾਰ ਦੇ, ਜਿਸ ਤੋਂ ਬਾਅਦ ਅੰਗਰੇਜ਼ ਸਿੰਘ ਨੇ ਕਰਨ ਮਸਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਉਸ ਤੋਂ ਬਾਅਦ ਉਸਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਕਾਰ ਦੀ ਡਿੱਗੀ ਦੇ ਵਿੱਚ ਰੱਖ ਕੇ ਕਿਸੇ ਸੁੰਨਸਾਨ ਜਗ੍ਹਾ ਦੇ ਉੱਪਰ ਸੁੱਟ ਦਿੱਤੀ। ਇਸ ਸੰਬੰਧੀ ਦਿੱਲੀ ਪੁਲਿਸ ਦੇ ਕੋਲ ਮੁਕੱਦਮਾ ਵੀ ਦਰਜ ਹੈ ਅਤੇ ਇਸਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਹਿਣ ਦੇ ਉੱਪਰ ਕਰਨ ਮਸਤੀ ਦਾ ਮਰਡਰ ਕੀਤਾ ਸੀ। ਉਸ ਤੋਂ ਬਾਅਦ ਉਸਨੇ ਅੰਮ੍ਰਿਤਸਰ ਦੇ ਵਿੱਚ ਦੋ ਲੁੱਟ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਸੀ। ਇਸ ਲੁੱਟ ਦੌਰਾਨ ਚੋਰੀ ਹੋਇਆ ਸੋਨਾ ਵੀ ਬਰਾਮਦ ਹੋ ਚੁੱਕਿਆ ਅਤੇ ਜਿਸ ਸੁਨਿਆਰੇ ਕੋਲੋਂ ਇਹ ਸੋਨਾ ਬਰਾਮਦ ਹੋਇਆ ਉਹ ਰਿਸ਼ਤੇ ਦੇ ਵਿੱਚ ਕਰਨ ਮਸਤੀ ਦਾ ਜੀਜਾ ਸੀ। ਜਗ ਸੇਵਕ ਵੈਬ ਟੀਵੀ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ। ਪਤਾ ਵੀ ਪਿੱਛੇ ਜਿਹੜਾ ਗੈਂਗਸਟਰ ਅੰਗਰੇਜ਼ ਆ ਉਹਨੂੰ ਅੰਮ੍ਰਿਤਸਰ ਸਿਟੀ ਪੁਲਿਸ ਨੇ ਅਰੈਸਟ ਕੀਤਾ ਸੀ, ਜੋ ਇਹਨੂੰ ਹੁਣ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਜਿਹੜੀ ਇਹਦੀ ਮਜ਼ੀਦ ਪੁੱਛਗਿੱਛ ਜਿਹੜੀ ਕੀਤੀ ਗਈ ਹੈ, ਜਿਹਦੇ ਵਿੱਚ ਇਹਨੇ ਬੜੇ ਕੁਛ ਸਨਸਨੀਖੇਜ਼ ਖੁਲਾਸੇ ਕੀਤੇ। ਜੋ ਸਭ ਨੂੰ ਪਤਾ ਇੱਕ ਇਹਦਾ ਸਾਥੀ ਹੁੰਦਾ ਸੀ ਕਰਨ ਮਸਤੀ, ਜੋ ਸੋਨੇ ਦੀ ਲੁੱਟ ਤੋਂ ਬਾਅਦ ਇਹ ਉਸਦੇ ਨਾਲ ਅਲੱਗ ਜਾ ਕੇ ਸੁੰਦਰ ਨਗਰ ਰਹਿਣ ਲੱਗ ਗਿਆ ਸੀਗਾ ਅਤੇ ਕੁਛ ਟਾਈਮ ਸੁੰਦਰ ਨਗਰ ਰਹਿਣ ਤੋਂ ਬਾਅਦ ਦਿੱਲੀ ਸ਼ਿਫਟ ਹੋ ਗਏ ਸੀਗੇ। ਔਰ ਦਿੱਲੀ ਦੇ ਵਿੱਚ ਕਰਨ ਮਸਤੀ ਆਪਦੇ ਕਿਸੇ ਫਰੈਂਡ ਨਾਲ ਗੱਲ ਕਰ ਰਿਹਾ ਸੀ, ਜਿਹਦੇ ਵਿੱਚ ਇਹਨੂੰ ਸ਼ੱਕ ਹੋ ਗਿਆ ਵੀ ਇਹ ਜਿਹੜਾ ਹੈਗਾ ਕਰਨ ਮਸਤੀ ਉਹ ਮੇਰਾ ਮਰਡਰ ਕਰ ਦੇਗਾ। ਜੋ ਇਹਨੇ ਸਾਰੀ ਗੱਲ ਸ਼ੱਕ ਦੇ ਵਿੱਚ ਕਰਕੇ ਇਹਨੇ ਜੱਗੂ ਭਗਵਾਨਪੁਰੀਆ ਨਾਲ ਜਦੋਂ ਟੈਲੀਫੋਨ ਦੇ ਉੱਤੇ ਰਾਬਤਾ ਕੀਤਾ ਤਾਂ ਜੱਗੂ ਭਗਵਾਨਪੁਰੀਆ ਨੇ ਇਹਨੂੰ ਕਿਹਾ ਵੀ ਜਾਂ ਇਹ ਤੈਨੂੰ ਮਾਰ ਦੇਗਾ ਜਾਂ ਤੂੰ ਮੈਨੂੰ ਮਾਰ ਦੇ। ਜੋ ਇਸਨੇ ਇਹਦਾ ਕਰਨ ਮਸਤੀ ਨੂੰ ਜਿਹੜਾ ਨੀਂਦ ਦੀਆਂ ਗੋਲੀਆਂ ਲੱਸੀ ਵਿੱਚ ਦੇ ਕੇ ਉਸ ਤੋਂ ਬਾਅਦ ਉਹਦਾ ਗਲ ਘੁੱਟ ਕੇ ਚਾਦਰ ਦੇ ਨਾਲ ਮਰਡਰ ਕਰਕੇ ਉਹਦੀ ਕਾਰ ਦੀ ਡਿੱਕੀ ਦੇ ਵਿੱਚ ਹੀ ਡੈੱਡ ਬੋਡੀ ਰੱਖ ਕੇ ਜਿੱਥੇ ਦਿੱਲੀ ਰਹਿੰਦੇ ਸੀ ਉਸ ਤੋਂ 10-15 ਕਿਲੋਮੀਟਰ ਦੂਰ ਸੁੱਟ ਦਿੱਤਾ, ਜਿਸ ਦੇ ਵਿੱਚ ਦਿੱਲੀ ਪੁਲਿਸ ਦੇ ਵਿੱਚ ਇੱਕ ਕੇਸ ਰਜਿਸਟਰਡ ਹੈ। ਔਰ ਇਸਨੇ ਜਿਹੜਾ ਜੱਗੂ ਭਗਵਾਨਪੁਰੀ ਦੇ ਕਹਿਣ ਦੇ ਉੱਪਰ ਇਹਨੇ ਉਹਦਾ ਮਰਡਰ ਕੀਤਾ ਸੀਗਾ। ਉਸ ਤੋਂ ਇਲਾਵਾ ਜਿਹੜਾ ਇਹਨੇ ਇੱਥੇ ਦੋ ਲੁੱਟਾਂ ਕੀਤੀਆਂ ਸੀਗੀਆਂ ਆਪਣੇ ਗੁਰੂ ਬਾਜ਼ਾਰ ਦੇ ਵਿੱਚ, ਇੱਕ ਮਰਾਠੇ ਵਾਲੀ ਅਤੇ ਇੱਕ ਪ੍ਰੇਮ ਜੂਲਰਸ ਵਾਲੀ। ਉਹਦੇ ਵਿੱਚੋਂ ਅਸੀਂ ਪੁੱਛਗਿੱਛ ਦੇ ਵਿੱਚ ਦੋ ਸੁਨਿਆਰੇ ਇਹਦੀ ਪੁੱਛਗਿੱਛ ਦੇ ਉੱਪਰ, ਜਿਹੜਾ ਗੁਰੂ ਬਾਜ਼ਾਰ ਦੇ ਵਿੱਚ ਹੀ ਕਰਨ ਮਸਤੀ ਦਾ ਰਿਸ਼ਤੇ ਦੇ ਵਿੱਚੋਂ ਜੀਜਾ ਲੱਗਦਾ, ਜੋ ਉਸਨੇ ਸਮਾਨ ਵੇਚਿਆ ਗਿਆ ਸੀਗਾ ਉਸਨੂੰ, ਔਰ ਇੱਕ ਬਿੱਟੂ ਤਰਨ ਤਾਰਨ ਦਾ ਉਹਨੂੰ ਵੀ ਅਰੈਸਟ ਕੀਤਾ। ਔਰ ਟੋਟਲ ਇਹਨਾਂ ਦੇ ਕੋਲੋਂ ਅੱਧਾ ਕਿਲੋ ਦੇ ਕਰੀਬ ਜਿਹੜਾ ਸੋਨਾ ਅਸੀਂ ਬਰਾਮਦ ਕਰ ਲਿਆ, ਔਰ ਅੱਧਾ ਕਿਲੋ ਕੋਲ ਟੋਟਲ ਦਾ ਅਸੀਂ ਪਹਿਲਾਂ ਇਹਨਾਂ ਕੋਲੋਂ 1 ਕਿਲੋ ਹੁਣ ਤੱਕ ਸੋਨਾ ਅਸੀਂ ਜਿਹੜਾ ਬਰਾਮਦ ਕਰ ਚੁੱਕੇ। ਦਿੱਲੀ ਵਿੱਚ ਕਤਲ ਜਿਹੜਾ ਹੋਇਆ ਸੀ ਕਦੋਂ ਹੋਇਆ ਸੀ, ਕਿੰਨੀ ਦੇਰ ਪਹਿਲੇ ਜਿਹੜਾ ਹੋਇਆ ਸੀ? 8 ਕੁ ਮਹੀਨੇ ਹੋ ਗਏ ਨੇ ਮੋਸਟਲੀ ਜਦੋਂ ਇਹ ਗੁਰੂ ਬਾਜ਼ਾਰ ਵਾਲੀ ਲੁੱਟ ਹੋਈ ਹੈ, 9 ਮਹੀਨੇ, ਉਸ ਤੋਂ 2 ਮਹੀਨੇ ਬਾਅਦ, ਜਿਹੜੀ 2-3 ਮਹੀਨੇ ਬਾਅਦ ਇਹਨੇ ਮਰਡਰ ਕੀਤਾ। ਕਤਲ ਦੀਆਂ ਹੋਰ ਵਾਰਦਾਤਾਂ ਇਹਨਾਂ ਦੇ ਇੱਥੇ ਕਿੰਨੀਆਂ ਹੈਗੀਆਂ, ਡਕੈਤੀਆਂ ਡੁਬਤੀਆਂ ਟੋਟਲ ਕਿੰਨੀਆਂ? ਕਤਲ ਦੀ ਇੱਕ ਇੱਥੇ ਆਪਣੇ ਅੰਮ੍ਰਿਤਸਰ ਪਰਚਾ ਦਰਜ ਹੈ, ਟੋਟਲ ਇਹਦੇ ਕੋਈ 14 ਪਰਚੇ ਜਿਹੜੇ ਇੱਥੇ ਦਰਜ ਹੈ। ਬੈਂਕ ਡਕੈਤੀ ਵੀ ਜਿਹਦੇ ਵਿੱਚ ਹੈਗੀ ਆ, 307 ਦੇ ਮੁਕਦਮੇ ਵੀ ਹੈ, ਔਰ ਮਰਡਰ ਦੇ ਕੇਸ। ਗੋਲਡ ਦੀ ਜਿਹੜੇ 2 ਵਾਰਦਾਤਾਂ ਇਹਨਾਂ ਨੇ ਕੀਤੀਆਂ, ਜਿੰਨਾ ਗੋਲਡ ਚੁੱਕਿਆ ਸੀਗਾ ਉਹ ਸਾਰਾ ਰਿਕਵਰ ਹੋ ਗਿਆ ਜਾਂ ਕੁਛ? ਅਜੇ 2 ਬੰਦੇ ਫੜੇ ਗਏ ਆ, ਦੋਨਾਂ ਦੇ ਕੋਲੋਂ ਜਿਹੜਾ 1 ਕਿਲੋ ਰਿਕਵਰ ਹੋਇਆ। ਟੋਟਲ ਕਿੰਨਾ ਸੋਨਾ ਸੀ? ਟੋਟਲ ਜੋ ਐਜ਼ ਪਰ FIR ਹੈ ਉਹ ਪ੍ਰੇਮ ਜੂਲਰ ਦੇ ਵਿੱਚ 11 ਕਿਲੋ ਅਲੈਜ ਕੀਤਾ ਜਾ ਰਿਹਾ, ਔਰ
1100 ਗ੍ਰਾਮ ਜਿਹੜਾ ਆ ਉਹ ਜਿਹੜਾ ਮਰਾਠਾ ਜੂਲਰ ਦੇ ਸਰ ਇਹਨਾਂ ਨੂੰ ਪੁੱਛਤੇ ਦੇ ਦੌਰਾਨ ਪਤਾ ਕੀਤਾ ਵੀ ਬਾਕੀ ਦਾ ਕਿੱਥੇ ਕਿਉਂਕਿ 10-15% ਜਿਹੜਾ ਰਿਕਵਰ ਹੋਇਆ ਬਾਕੀ ਕਿੱਥੇ ਦਾ ਇਹਨਾਂ ਨੂੰ ਬਾਕੀ ਜਿਹੜੇ ਇਹਨਾਂ ਦੇ ਸਾਥੀ ਨੇ ਜਿਸ ਤਰ੍ਹਾਂ ਇੱਕ ਦੋ ਬੰਦੇ ਇੱਕ ਤਾਂ ਹੈਗਾ ਰਵੀ ਬਲਾਚੌਰੀਆ ਅਰੁਣ ਸ਼ੁਰੀਮਾਰ ਉਸ ਤੋਂ ਬਾਅਦ ਜਿਹੜਾ ਇੱਕ ਇਹਨਾਂ ਦੇ ਨਾਲ ਹੈਗਾ ਲੜਕਾ ਉਹਦਾ ਕੀ ਨਾਮ ਜਿਹੜਾ ਨਿੱਕਾ ਔਰ ਉਸ ਤੋਂ ਇਲਾਵਾ ਜਿਹੜੇ ਇਹਨਾਂ ਨੇ ਕੁਛ ਜਿਸ ਤਰ੍ਹਾਂ ਜੱਗੂ ਨੂੰ ਇਹਨਾਂ ਨੇ ਇਹਦੇ ਵਿੱਚੋਂ 1.5 ਕਿਲੋ ਸੋਨਾ ਜਿਹੜਾ ਇਹਨਾਂ ਨੇ ਮਰਡਰ ਕਰਨ ਤੋਂ ਬਾਅਦ ਜੱਗੂ ਨੂੰ ਵੀ 1.5 ਕਿਲੋ ਸੋਨਾ ਜਿਹੜਾ ਉਹ ਦਿੱਤਾ ਸੀ ਜੋ ਚੰਡੀਗੜ੍ਹ ਜਾ ਕੇ ਇੱਕ ਨਿੱਕਾ ਮੁੰਡਾ ਆ ਉਹਦੇ ਥਰੂ ਇਹਨਾਂ ਨੇ ਉਹਨੂੰ ਭੇਜਿਆ ਸੀ ਕਾਫੀ ਸਨਸਨੀਖੇਜ ਮਾਮਲਾ ਆਇਆ ਸੀ ਕਾਫੀ ਲੁੱਟ ਇਹਦੇ ਨਾਲ ਜਿਹੜੇ ਬੰਦੇ ਮਿਲੇ ਸੀ ਜੋ ਸ਼ੁਭਮ ਦੀ ਤੇ ਇਹਦੀ ਪੁੱਛਗਿੱਛ ਦੇ ਵਿੱਚ ਹੋਏ ਉਹ ਅਸੀਂ 6 ਬੰਦੇ ਤਾਂ ਵਾਰਦਾਤ ਕਰਨ ਦੇ ਵਿੱਚ ਸੀਗੇ ਉਸ ਤੋਂ ਇਲਾਵਾ ਅਸੀਂ 2 ਬੰਦੇ ਪਹਿਲਾਂ ਅਰੈਸਟ ਕਰ ਚੁੱਕੇ 2 ਸੁਨਿਆਰੇ ਹੋਰ ਅਰੈਸਟ ਕੀਤੇ ਆ 2 ਸੁਨਿਆਰੇ ਹੋਰ ਅੱਗੇ ਆ ਰਹੇ ਜਿਨ੍ਹਾਂ ਨੇ ਮਾਲ ਢਾਲ ਕੇ ਤੇ ਅੱਗੇ ਇਹਨਾਂ ਨੂੰ ਦਿੱਤਾ ਸੀਗਾ ਕਿੱਥੇ ਵੇਚਦੇ ਸੀ ਕਿਸ ਤਰ੍ਹਾਂ